ਅਲੈਕੁਮ ਸਲਾਮ ਨਾਜ਼ਰੀ ਮੈਂ ਹਾਜ਼ਰ ਸ਼ਬੀਰ ਤੁਸੀਂ ਵੇਖ ਰਹੇ ਹੋ ਮਲੜਾ ਮੁੰਡਾ YouTube ਚੈਨਲ ਤੋਂ ਕੀ ਹਾਲ ਨੇ ਤੁਹਾਡਾ ਉਮੀਦ ਕਰਦਾ ਕਿ ਤੁਸੀਂ ਠੀਕ ਠਾਕ ਹੋਗੇ ਅੱਲਾ ਦੀ ਮਿਹਰਬਾਨੀ ਨਾਲ ਮੈਂ ਵੀ ਠੀਕ ਠਾਕ ਹਾਂ ਤੋਂ ਮੇਰੀ ਦੁਆ ਹੈ ਤੇ ਅੱਲਾ ਬਾਗ ਹਮ ਸਭ ਨੂੰ ਆਪਣੀ ਹਿਜਰਮਾਨ ਵਿੱਚ ਰੱਖੇ ਹਾਜ਼ਰੀਨ ਅੱਜ ਦੀ ਜਿਹੜੀ ਵੀਡੀਓ ਆ ਉਹ ਪੀਟਰ ਪੰਪ ਦੇ ਬਾਰੇ ਹੈ ਯਾਨੀ ਕਿ ਸਪਰੇਅ ਵਾਲਾ ਪੰਪ ਜਿਹੜਾ ਪੀਟਰ ਵਾਲਾ ਤੇ ਉਹਦੇ ਤੁਹਾਨੂੰ ਸਾਰੇ ਡਿਟੇਲ ਦੱਸਾਂਗੇ ਕਿੰਨਾ ਲਾਉਣ ਦਾ ਔਰ ਕਿੰਨੀ ਉਹਦੇ ਕਮਾਈ ਆ ਜਿਹੜੇ ਰੋਜ਼ਗਾਰ ਜਿਹੜੇ ਕਮਾਈ ਕਰਨਾ ਚਾਹੁੰਦੇ ਆ una watched special video ਭਾਈਓ ਨੇ ਬੈਕ ਹੁਣ ਜਾ ਰਿਹਾ ਹੈ ਬੈਕ ਹੁਣ ਫਾਈਨਲੀ ਜਨਾਬ ਆ ਭਾਈ ਹੁਣੇ ਮੇਰੇ ਕੋਲ ਆ ਗਏ ਇਹਨਾਂ ਕੋ ਡਿਟੇਲ ਪੁੱਛਦੇ ਆ ਕੀ ਕੀ ਆ ਇਹਦੀ ਡਿਟੇਲ ਆਪ ਦੱਸਦੇ ਆ ਅੱਛਾ ਭਾਈ ਜੀ ਅਸਲਾਮੁਅਲੈਕੁਮ ਵਾਲੈਕੁਮ ਸਲਾਮ ਭਾਈ ਜੀ ਤੁਸੀਂ ਇਹ ਸਾਨੂੰ ਦੱਸੋ ਭਈ ਇਹ ਪੀਟਰ ਕਿੰਨਾ ਦਾ ਹੁੰਦਾ ਪੀਟਰ ਜੀ ਇਹ 18000 ਦਾ ਵੀ ਆ 15000 ਦਾ ਵੀ ਆ 14.5 ਹਜ਼ਾਰ ਦਾ ਇਹ ਮੁxtਲਫ ਇਹਨਾਂ ਦੇ ਰੇਟ ਆ ਇੱਕ ਰੇਟ ਮਹਿੰਗਾ 25 ਲੀਟਰ ਚ ਵੀ ਆ ਅੱਛਾ ਜੀ 20 ਲੀਟਰਾਂ ਚ ਵੀ ਹੈਗੀ ਆ ਸਹੀ ਗੱਲ 4-5 ਦੀਆਂ 6 ਕੰਪਨੀਆਂ ਆ ਆਪ ਆਪ ਇਹਨਾਂ ਦੇ ਮਤਲਬ ਹੈਗੇ ਇੰਜਨ ਸਹੀ ਹਾਂ ਹੁਣ ਅਸੀਂ ਤਾਂ ਜ਼ਿਆਦਾ ਅਸਟਾ ਜ਼ਿਆਦਾ ਇਸਤੇਮਾਲ ਸੰਦੀ ਕਰਦੇ ਆ ਸਹੀ ਜੀ ਜਹਾਂ ਜੀ ਸਾਨੂੰ ਇਹ ਹੀ ਤਕਰੀਬਨ ਸ਼ੁਰੂ ਤੋਂ ਇਹ ਚਲਾਈ ਆ ਇਹ ਹੀ ਰਾਸ ਆਈ ਆ ਸਾਨੂੰ ਸਹੀ ਜੀ ਮਾਸ਼ਾਅੱਲ ਹਾਂ ਜੀ अच्छा भाई ਤੁਸੀਂ ਮੈਨੂੰ ਇਹ ਦੱਸੋ ਭਈ ਕਿੰਨਾ ਲੀਟਰ ਤੇ ਲੈਂਦਾ ਇਹ ਜੀ ਅਸੀਂ ਇਹਦੇ ਵਿੱਚ 1 ਲੀਟਰ ਤੇਲ ਪਵਾਈਦਾ ਵਾ ਜੇ ਅਗਰ ਇਹਦਾ ਕਾਰਬਿਟਰ ਸਹੀ ਹੋਵੇ ਜਿਵੇਂ ਨਵਾਂ ਕਾਰਬਿਟਰ ਆਉਂਦਾ ਅੱਛਾ ਜੀ ਤੇ ਅਸੀਂ ਤਕਰੀਬਨ 40 ਤੋਂ 42 ਟੈਂਕੀਆਂ ਲਾਜਦੀਆਂ ਵਾ 1 ਲੀਟਰ ਤੇਲ ਦੇ ਨਾਲ ਮਾਸ਼ਾਅੱਲਾ ਜੀ ਹਾਂ ਯਾਨੀ ਕਿ ਕਿੰਨਾ ਇੱਕ ਘੜ ਕੱਢ ਲੈਣਾ ਜੀ ਹਾਂ ਇਹ ਤੁਸੀਂ ਹਿਸਾਬ ਲਾ ਲਓ ਕਿ ਅਸੀਂ ਕਿੱਲੇ ਨੂੰ 6 ਟੈਂਕੀਆਂ ਲਾਈਦੀਆਂ ਵਾ 5ਵੀਂ ਲੱਗ ਜਾਂਦੀਆਂ 6 ਇਸ ਵਜਾ ਤੋਂ ਲਾਈਦੀਆਂ ਅੱਛਾ ਜੀ ਕਿ ਮਾਲਕ ਦਾ ਜਿਹੜਾ ਨਾ ਪਰੇਸ਼ਾਨੀ ਨਾ ਉਹਨੂੰ ਬਣੇ ਉਹਦਾ ਗੰਦ ਸਹੀ तरीके ਨਾਲ ਸੁੱਕ ਜਾਵੇ ਜਾਂ ਉਹਦਾ ਰਿਜ਼ਲਟ ਸਹੀ ਤਰੀਕੇ ਨਾਲ ਆ ਜਾਵੇ। ਸਹੀ ਗੱਲ। ਕੀੜੀ ਦੀ ਹੋ ਜਾਵੇ ਜਾਂ ਗੰਦ ਦੀ ਹੋ ਜਾਵੇ। ਸਹੀ ਗੱਲ। ਯਾ ਹਾਂਜੀ ਅਸੀਂ ਤਾਂ 6 ਟੈਂਕੀਆਂ ਕਿਲੇ ਸਾਹਿਬ ਨੂੰ ਲਾਈ ਦੀਆਂ ਐਵਰੇਜ ਤੁਸੀਂ ਕੱਢ ਲਵੋ। ਮਤਲਬ ਜੇ ਮਤਲਬ ਪੰਜਾਂ ਦੇ ਹਿਸਾਬ ਨਾਲ ਆਈਏ ਤਾਂ 40 ਟੈਂਕੀਆਂ ਸਾਹਿਬ ਐਵਰੇਜ ਕੱਢ ਲਵੋ ਕਿੰਨੇ ਦੀ ਬਣ ਗਈ। ਸਹੀ ਗੱਲ। ਤੇ ਜੇ ਅਗਰ ਤੁਸੀਂ 6 ਦੇ ਹਿਸਾਬ ਨਾਲ ਲਾਉਣੀਆਂ 40 ਤੋਂ 42 ਟੈਂਕੀਆਂ ਨਵੇਂ ਕਾਰਪੈਟਰ ਨਾਲ ਆ ਜਾਣ। ਕੋਈ ਪਾਗਾਮ ਦੇਣਾ ਚਾਹੁੰਦਾ ਹਾਂ ਜੀ ਪਾਗਾਮ ਇਹ ਦੇਣਾ ਚਾਹੁੰਦਾ ਆ ਕਿ ਹਰ ਬੰਦਾ ਇਹ ਸਪਰੇ ਵੀ ਕਰ ਨਹੀਂ ਸਕਦਾ ਅਸੀਂ ਜ਼ਿੰਮੇਦਾਰ ਭਰਾਵਾ ਅਸੀਂ ਮਤਲਬ ਜ਼ਿੰਮੇਦਾਰਾ ਮੈਂ ਖੁਦ ਕੀਤਾ ਵਾ ਜ਼ਿੰਮੇਦਾਰ ਹਰ ਬੰਦਾ ਵੀ ਸਪਰੇ ਨਹੀਂ ਕਰ ਸਕਦਾ ਇਹਦੇ ਵਾਸਤੇ ਰਿਜ਼ਲਟ ਚਾਹੀਦਾ ਵਾ ਹਰ ਚੀਜ਼ ਚਾਹੀਦੀ ਆ ਮਤਲਬ ਪਾਣੀ ਸਾਫ਼ ਹੋਵੇ ਤਾਂ ਗੰਦ ਮਰਦਾ ਆਮ ਬੰਦਾ ਨਹੀਂ ਕਰ ਸਕਦਾ ਜਿਹਦਾ ਕੰਮ ਆ ਉਹੀ ਬੰਦਾ ਕਰ ਸਕਦਾ ਠੀਕ ਆ ਨਾ ਜੀ ਬਾਕੀ ਤੁਸੀਂ ਸਾਨੂੰ ਪਸੰਦ ਆਇਓ ਬਹੁਤ ਅੱਛੇ ਹੋ ਇਹਨਾਂ ਦਾ ਹੱਕ ਆ ਕਿ ਤੁਹਾਡੀ ਸਪੋਰਟ ਪੂਰੀ ਪੂਰੀ ਕਰਨੀ ਠੀਕ ਆ ਨਾ ਜੀ ਹਾਂਜੀ ਉਸ ਤਾਂ ਇਹੀ ਚਾਹੁੰਦੇ ਅੱਗੇ ਜਿਹੜਾ ਚਾਈ ਆ ਅੱਛੀ ਆ ਬੰਦੇ ਦੀ ਚਾਈ ਆ ਉਹਨੇ ਮਤਲਬ ਕੰਮ ਹੋਣੀ ਚਾਹੀਦੀ ਔਰ ਹਾਂਜੀ ਹਰ ਬੰਦੇ ਨੂੰ ਤੁਹਾਡੇ ਨਾਲ ਤਾਵਨ ਕਰਨਾ ਚਾਹੀਦਾ ਕਿ ਤੁਸੀਂ ਵਕਤ ਕੱਢ ਕੇ ਸਾਡੇ ਕੋਲ ਪੁੱਛਿਆ ਤੇ ਅਸੀਂ ਵਕਤ ਕੱਢ ਕੇ ਤੁਹਾਨੂੰ ਦੱਸਿਆ ਜੀ ਮਿਹਰਬਾਨੀ ਬਹੁਤ ਸ਼ੁਕਰੀਆ ਜੀ ਜਨਾਬ ਉਮੀਦ ਕਰਦਾ ਹਾਂ ਕਿ ਭਾਈਦੀਆਂ ਗੱਲਾਂ ਅੱਛੀਆਂ ਲੱਗੀਆਂ ਹੋਗੀਆਂ ਤੇ ਵੀਡੀਓ ਪਸੰਦ ਲੱਗੀ ਹੋਗੀ ਅਗਰ ਵੀਡੀਓ ਪਸੰਦ ਲੱਗੀ ਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜਨਾਬ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਆਪਣਾ ਬਹੁਤ ਸਾਰਾ ਖਿਆਲ ਰੱਖਿਓ ਤੇ ਮਿੰਦਾਂ ਵਿੱਚ ਯ